ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਮੈਂ ਹਾਂ ਤੁਹਾਡੀ ਆਪਣੇ ਡਿੰਪਲ ਅਤੇ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ। ਅਮੇਜ਼ਿੰਗ ਟੀਵੀ ਇੱਕ ਬਹੁਤ ਹੀ ਖਾਸ ਖਬਰ ਲੈ ਕੇ ਆਇਆ ਹੈ ਅੱਜ, ਜੋ ਕਿ ਅੱਜ ਤੁਹਾਨੂੰ ਦੱਸਦੇ ਹੋਏ ਬਹੁਤ ਹੀ ਮਾਣ ਫੀਲ ਹੋ ਰਿਹਾ। ਅਲੀ ਅਤੇ ਅਲੀਅਨ ਨੇ ਆਪਣੇ 18 ਸਾਲ ਪੂਰੇ ਕਰ ਲਏ ਹਨ, ਜਿਨ੍ਹਾਂ ਨੇ ਟੈਕਸ ਅਤੇ ਰੀਅਲ ਸਟੇਟ ਦੀਆਂ ਸੇਵਾਵਾਂ ਦਿੱਤੀਆਂ ਹਨ। ਮਿਸਟਰ ਅਲੀ ਰਾਜਾ, ਜੋ ਕਿ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਪਾਕਿਸਤਾਨੀ ਅਮਰੀਕਨ ਹਨ, ਪਿਛਲੇ 22 ਸਾਲਾਂ ਤੋਂ ਅਮਰੀਕਾ ਦੇ ਵਿੱਚ ਨਿਵਾਸ ਕਰ ਰਹੇ ਹਨ, ਜਿਨ੍ਹਾਂ ਨੇ ਲੋਕਾਂ ਦੀ ਸੇਵਾ ਅਤੇ ਕਾਨੂੰਨ ਦੀ ਵਿਵਸਥਾ ਵਿੱਚ ਆਪਣੀ ਖਾਸ ਯੋਗਦਾਨ ਵਜੋਂ ਇੱਕ ਭੂਮਿਕਾ ਨਿਭਾਈ ਹੈ, ਜੋ ਹੁਣ ਤੱਕ ਨਿਭਾਉਂਦੇ ਆ ਰਹੇ ਹਨ। ਮਿਸਟਰ ਅਲੀ ਰਾਜਾ ਦੀ ਪੇਸ਼ਾ ਡਿਗਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ LLB ਬਹਾਵਲਪੁਰ ਇਸਲਾਮੀਆ ਯੂਨੀਵਰਸਿਟੀ ਤੋਂ ਆਪਣੀ ਪੇਸ਼ਾ ਡਿਗਰੀ ਲਈ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਅਕੈਡਮਿਕ ਮਾਸਟਰ ਡਿਗਰੀ ਵਜੋਂ ਇੱਕ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਮਿਸਟਰ ਅਲੀ ਰਾਜਾ ਨੇ ਹੁਣ ਤੱਕ ਆਪਣੇ ਕਰਤੱਵਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਹੈ ਅਤੇ ਇਹਨਾਂ ਨੇ ਇੰਡੋ ਪਾਕ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਇੱਕ ਕਰਤੱਵ ਵਜੋਂ ਇਹਨਾਂ ਨੇ ਸਾਹਮਣੇ ਲਿਆਂਦਾ ਹੈ ਅਮਰੀਕਾ ਦੇ ਵਿੱਚ ਰਹਿ ਕੇ, ਅਤੇ ਇਸ ਕਰਕੇ ਕਮਿਊਨਿਟੀ ਦੇ ਵਿਕਾਸ ਵਿੱਚ ਇਹਨਾਂ ਦਾ ਹੁਣ ਤੱਕ ਦਾ ਯੋਗਦਾਨ ਬਹੁਤ ਹੀ ਜ਼ਿਆਦਾ ਰਿਹਾ ਹੈ ਅਤੇ ਲੋਕ ਇਹਨਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਕਰਦੇ ਹਨ, ਸਪੈਸ਼ਲੀ ਅਮਰੀਕਾ ਦੇ ਵਾਸ਼ਿੰਗਟਨ ਅਤੇ ਵਰਜੀਨੀਆ ਦੇ ਲੋਕ, ਜੋ ਇਹਨਾਂ ਨੂੰ ਬਹੁਤ ਹੀ ਮਾਣ ਸਤਿਕਾਰ ਅਤੇ ਪਿਆਰ ਕਰਦੇ ਹਨ।